ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਦੇ ਹੇਠ ਮੀਟਿੰਗ ਹੋ ਰਹੀ ਹੈ। ਸਿਕੰਦਰ ਸਿੰਘ ਮਲੂਕਾ ਅਤੇ ਪਰਮਿੰਦਰ ਸਿੰਘ ਢੀਂਡਸਾ ਮੀਟਿੰਗ 'ਚੋਂ ਗੈਰ ਹਾਜ਼ਰ ਨੇ। ਹੁਣ ਤੱਕ ਅਕਾਲੀ ਦਲ ਮੈਨੀਫੈਸਟੋ ਕਮੇਟੀ ਦੀਆਂ 2 ਮੀਟਿੰਗਾਂ ਹੋ ਚੁੱਕੀਆਂ ਨੇ ਔਰ ਇਸ ਪੂਰੇ ਮਾਮਲੇ ਵਿੱਚ ਖਬਰ ਸਿਰਫ ਇਹ ਨਹੀਂ ਕਿ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋ ਰਹੀ ਹੈ, ਸਗੋਂ ਅਸਲ ਖਬਰ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਨੂੰ ਬੀਜੇਪੀ ਨੇ ਉਮੀਦਵਾਰ ਬਣਾਇਆ ਬਠਿੰਡਾ ਤੋਂ, ਅਤੇ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਦੇ ਪਿਤਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਰਪ੍ਰਸਤ ਐਲਾਨਿਆ ਸੀ, ਪਰ ਬੀਤੇ ਦਿਨੀ ਉਹ ਐਲਾਨ ਕਰ ਚੁੱਕੇ ਨੇ ਕਿ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਉਹਨਾਂ ਨੇ ਕੀਤੀ ਹੈ, ਜਿਹੜੇ ਉਹਨਾਂ ਨੂੰ ਕਹਿ ਰਹੇ ਨੇ ਕਿ ਉਹ ਚੋਣ ਲੜਨ, ਆਜ਼ਾਦ ਚੋਣ ਲੜਨ, ਉੱਥੇ ਉਹ ਪ੍ਰਚਾਰ ਨਹੀਂ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਲਈ। ਸੋ ਮੈਨੀਫੈਸਟੋ ਦਾ ਖੱਡਾ ਤਿਆਰ ਕਰਨਾ ਹੋਵੇ ਔਰ 2 ਚਿਹਰੇ ਅਜਿਹੇ ਇਸ ਮੀਟਿੰਗ 'ਚੋਂ ਗਾਇਬ ਹੋਣ ਜਿਨ੍ਹਾਂ 'ਤੇ ਕਾਫੀ ਕੁਛ ਡਿਪੈਂਡ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਨੂੰ ਵੀ ਦੇਖੀਏ ਤਾਂ। ਪੰਕਜ ਕਪਾਹੀ ਮੇਰੇ ਸਹਿਯੋਗੀ ਇਸ ਵੇਲੇ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ, ਪੰਕਜ ਦੇ ਨਾਲ ਗੱਲ ਕਰਦੇ ਹਾਂ। ਪੰਕਜ, ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੈ, ਇੱਕ ਤਾਂ ਇਹ ਖਬਰ ਹੈਗੀ ਹੈ, ਪਰ ਇਸ ਖਬਰ ਵਿੱਚ ਜਿਹੜੀ ਖਬਰ ਹੈ ਕਿ 2 ਚਿਹਰੇ ਇਸ ਮੀਟਿੰਗ ਵਿੱਚ ਗੈਰ ਹਾਜ਼ਰ ਨੇ, ਪਰਮਿੰਦਰ ਸਿੰਘ ਢੀਂਡਸਾ ਅਤੇ ਉਹਨਾਂ ਦੇ ਨਾਲ ਹੀ ਸਿਕੰਦਰ ਸਿੰਘ ਮਲੂਕਾ, ਕੀ ਕੁਝ ਜਾਣਕਾਰੀ ਮਿਲ ਪਾਈ? ਦੇਖੋ, ਸਿਕੰਦਰ ਸਿੰਘ ਮਲੂਕਾ ਦੇ ਦਾ ਬੇਟਾ ਤੇ ਉਹਨਾਂ ਦੀ ਨੂੰਹ ਜਿਹੜੀ ਹੈ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਲਗਾਤਾਰ ਕਿਆਸਰਾਈਆਂ ਇਹ ਲੱਗ ਰਹੀਆਂ ਸੀਗੀਆਂ ਕਿ ਸਿਕੰਦਰ ਸਿੰਘ ਮਲੂਕਾ ਵੀ ਜਲਦ ਬੀਜੇਪੀ 'ਚ ਸ਼ਾਮਲ ਹੋਣਗੇ। ਹਾਲਾਂਕਿ ਉਹਨਾਂ ਨੇ ਇਸ ਬਾਬਤ ਆਪਣਾ ਸਟੈਂਡ ਜਿਹੜਾ ਉਹ ਕਲੀਅਰ ਨਹੀਂ ਕੀਤਾ, ਲੇਕਿਨ ਇਹ ਚਰਚਾਵਾਂ ਜ਼ਰੂਰ ਸਿਆਸੀ ਗਲਿਆਰਿਆਂ ਦੇ ਵਿੱਚ ਨੇ ਕਿ ਮਲੂਕਾ ਹੋਰਾਂ ਨੇ ਆਪਣੇ ਬੇਟੇ ਤੇ ਨੂੰਹ ਨੂੰ ਜਿਹੜਾ ਵਾ ਭਾਜਪਾ 'ਚ ਸ਼ਾਮਲ ਕਰਵਾਇਆ। ਹੁਣ ਮੈਨੀਫੈਸਟੋ ਕਮੇਟੀ ਜਿਹੜੀ ਹੈ ਉਸਦੇ ਚੇਅਰਪਰਸਨ ਬਲਵਿੰਦਰ ਸਿੰਘ ਭੁੰਦੜ ਨੇ ਉਹ ਜਿਹੜਾ ਮੈਨੀਫੈਸਟੋ ਬਣਾ ਰਹੇ ਨੇ ਕਿਸਾਨੀ ਮੁੱਦੇ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਫੈਡਰਲ ਢਾਂਚਾ ਵੈ ਉਸ ਨੂੰ ਮਜ਼ਬੂਤ ਕਰਨ ਦੇ ਨੂੰ ਲੈ ਕੇ ਔਰ ਮੈਨਿਓਰਟੀ ਨੂੰ ਲੈ ਕੇ ਜਿਹੜਾ ਵੈ ਮਜ਼ਬੂਤੀ ਨੂੰ ਲੈ ਕੇ ਇਹ ਮੈਨੀਫੈਸਟੋ ਜਿਹੜਾ ਤਿਆਰ ਕੀਤਾ ਜਾ ਰਿਹਾ। ਇਸ ਦੇ ਵਿੱਚ ਕਈ ਸਾਰੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਲੇਕਿਨ ਜਿਹੜਾ ਇਹ ਇਸ ਮੀਟਿੰਗ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਉਹ ਇਹ ਬਣਿਆ ਕਿ ਇੱਕ ਤਾਂ ਸਿਕੰਦਰ ਸਿੰਘ ਮਲੂਕਾ ਕੀ ਅਕਾਲੀ ਦਲ ਨੂੰ ਅਲਵਿਦਾ ਕਹਿਣਗੇ, ਕੀ ਉਹਨਾਂ ਦੇ ਆਉਣ ਦੀ ਵਜ੍ਹਾ ਕਿਉਂ ਨਹੀਂ ਉਹ ਪਹੁੰਚੇ। ਉਹਨਾਂ ਨਾਲ ਸੰਪਰਕ ਵੀ ਨਿਊਜ਼ 18 ਨੇ ਕਈ ਵਾਰ ਸਾਧਿਆ, ਲੇਕਿਨ ਉਹਨਾਂ ਨੇ ਟੈਲੀਫੋਨ ਨਹੀਂ ਚੱਕਿਆ। ਦੂਸਰਾ ਇਹ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਸੰਗਰੂਰ ਤੋਂ ਸੀਟ ਨਹੀਂ ਮਿਲੀ ਔਰ ਉਹਨਾਂ ਨੂੰ ਪੂਰੀ ਉਮੀਦ ਸੀਗੀ, ਪਾਰਟੀ ਜਿਹੜੇ ਉਹਨਾਂ ਦੇ ਸਮਰਥਕ ਨੇ ਉਸ ਤੋਂ ਬਾਅਦ ਕਾਫੀ ਨਾਰਾਜ਼ ਨਜ਼ਰ ਆਏ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆਜ਼ਾਦ ਇਲੈਕਸ਼ਨ ਜਿਹੜੀ ਉਹ ਲੜੋ। ਥੋੜੀ ਦੇਰ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲ ਸਾਡੀ ਗੱਲਬਾਤ ਜ਼ਰੂਰ ਹੋਈ, ਉਹਨਾਂ ਨੇ ਕਿਹਾ ਕਿ ਮੇਰੇ ਸਿਰ ਦੇ ਉੱਤੇ ਥੋੜੀ ਸੱਟ ਲੱਗ ਗਈ ਹੈ। ਕੱਲ੍ਹ ਉਹ ਡਿੱਗ ਗਏ ਸੀਗੇ ਪਾਰਟੀ ਦਫ਼ਤਰ ਦੇ ਵਿੱਚ ਜਿੱਥੇ ਉਹਨਾਂ ਦੀ ਮੀਟਿੰਗ ਚੱਲ ਰਹੀ ਸੀਗੀ, ਲੇਕਿਨ ਪਰਮਿੰਦਰ ਢੀਂਡਸਾ ਹੋਰਾਂ ਨੂੰ ਅਸੀਂ 4-5 ਵਾਰ ਟੈਲੀਫੋਨ ਕੀਤਾ, ਉਹਨਾਂ ਨੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਕਿਉਂ ਨਹੀਂ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਹਾਲਾਂਕਿ ਇੱਕ ਗੱਲ ਸਿਆਸੀ ਗਲਿਆਰਿਆਂ ਦੇ ਵਿੱਚ ਕਲੀਅਰ ਹੈ ਕਿ ਢੀਂਡਸਾ ਪਰਿਵਾਰ ਦੀ ਜਿਹੜੀ ਨਾਰਾਜ਼ਗੀ ਹੈ ਔਰ ਉਹ ਨਾਰਾਜ਼ਗੀ ਇੰਨੀ ਜ਼ਿਆਦਾ ਹੈ ਕਿ ਉਹ ਅੱਜ ਮੈਨੀਫੈਸਟੋ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ, ਲੇਕਿਨ ਇਹ ਸਪਸ਼ਟ ਨਹੀਂ ਹੋਇਆ ਕਿ ਹੁਣ ਢੀਂਡਸਾ ਪਰਿਵਾਰ, ਇੱਕ ਤਾਂ ਉਹ ਕਹਿ ਰਹੇ ਨੇ ਕਿ ਅਸੀਂ ਪ੍ਰਚਾਰ ਦੇ ਵਿੱਚ ਫਿਲਹਾਲ ਹਿੱਸਾ ਨਹੀਂ ਲਵਾਂਗੇ, ਝੁੰਡਾ ਹੋਰਾਂ ਦੇ ਲਈ ਪ੍ਰਚਾਰ ਕਰਨਾ ਹੈ ਜਾਂ ਫਿਰ ਬਾਕੀ ਕੈਂਡੀਡੇਟ ਲਈ ਪ੍ਰਚਾਰ ਕਰਨਾ, ਲੇਕਿਨ ਢੀਂਡਸਾ ਹੋਰਾਂ ਦਾ ਅਗਲਾ ਸਟੈਂਡ ਕੀ ਰਹੇਗਾ ਇਹ ਸਥਿਤੀ ਉਹਨਾਂ ਨੇ ਅਜੇ ਤੱਕ ਸਾਫ਼ ਨਹੀਂ ਕੀਤੀ ਹੈ ਗਗਨ। ਬਿਲਕੁਲ, ਹਜੇ ਸਥਿਤੀ ਸਪਸ਼ਟ ਨਹੀਂ ਕੀਤੀ ਹੈ, ਪਰ ਪੰਕਜ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਔਖੇ ਨਜ਼ਰ ਨਹੀਂ ਆ ਰਹੇ ਅਕਾਲੀ ਦਲ ਦੇ ਲਈ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਨੇ ਜਦੋਂ ਵਾਪਸੀ ਕਰਾਈ ਸੀ ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਦੀ, ਉਸ ਵੇਲੇ ਐਲਾਨਿਆ ਸੀ ਕਿ ਸਰਪ੍ਰਸਤ ਹੋਣਗੇ, ਯਾਨੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਸਰਪ੍ਰਸਤ ਐਲਾਨਿਆ ਸੀ ਔਰ ਸਰਪ੍ਰਸਤ ਦਾ ਪਰਿਵਾਰ ਬੀਤੇ ਦਿਨ ਇਹ ਕਹਿ ਰਿਹਾ ਕਿ ਵਰਕਰਾਂ ਨਾਲ ਅਸੀਂ ਮੀਟਿੰਗ ਕਰ ਲਈ, ਸਾਨੂੰ ਤਾਂ ਵਰਕਰ ਕਹਿ ਰਹੇ ਨੇ ਆਜ਼ਾਦ ਚੋਣ ਲੜ ਲਓ, ਅਸੀਂ ਪ੍ਰਚਾਰ ਨਹੀਂ ਕਰਾਂਗੇ। ਅਜਿਹੇ ਵਿੱਚ ਇਹ ਮੈਨੀਫੈਸਟੋ ਕਮੇਟੀ ਦੀ ਮੀਟਿੰਗ
ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਚਰਚਾ ਤਾਂ ਇਸ ਗੱਲ ਨੂੰ ਲੈ ਕੇ ਰਹੇਗੀ ਕਿ ਇੰਨੇ ਸੀਨੀਅਰ ਲੀਡਰਸ਼ਿਪ ਜਾਂ ਪਾਰਟੀ ਜਿਹੜੇ ਸਟਾਂਚ ਫੋਲੋਅਰ ਸੀਗੇ ਜਾਂ ਵੱਡੇ ਆਗੂ ਸੀਗੇ ਉਹ ਮੀਟਿੰਗ 'ਚੋਂ ਜੇਕਰ ਗਾਇਬ ਨੇ, ਉਹਨਾਂ ਦੇ ਪਰਿਵਾਰ ਕਿਸੇ ਹੋਰ ਧਿਰ ਦੇ ਵਿੱਚ ਜਾ ਰਹੇ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਜੋੜਨ ਦੀ ਗੱਲ ਹੋ ਰਹੀ ਸੀ ਉਸ ਨੂੰ ਲੈ ਕੇ ਤਾਂ ਸਵਾਲ ਜਿਹੜਾ ਹੈਗਾ ਮੀਟਿੰਗ ਦੇ ਅੰਦਰ ਵੀ ਉੱਠਣਗੇ ਪੰਕਜ। ਬਿਲਕੁਲ, ਸਵਾਲ ਉੱਠ ਵੀ ਰਹੇ ਨੇ ਔਰ ਇਸ ਗੱਲ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਪ੍ਰਧਾਨ ਕੀ ਫੈਸਲਾ ਲੈਂਦੇ ਨੇ, ਕਿਉਂਕਿ ਮਲੂਕਾ ਹੋਰੀ ਸਿਰਫ ਮੈਨੀਫੈਸਟੋ ਕਮੇਟੀ ਦੇ ਮੈਂਬਰ ਨਹੀਂ ਹੈ ਬਲਕਿ ਮੈਨੀਫੈਸਟੋ ਕਮੇਟੀ ਤੋਂ ਇਲਾਵਾ ਮਲੂਕਾ ਹੋਰਾਂ ਨੂੰ ਇੱਕ ਡਿਸਿਪਲਿਨ ਕਮੇਟੀ ਬਣਾਈ ਗਈ ਸੀਗੀ ਕਿ ਜੇਕਰ ਪਾਰਟੀ ਦਾ ਕੋਈ ਡਿਸਿਪਲਿਨ ਤੋੜਦਾ ਤਾਂ ਉਸਦੀ ਚੇਅਰਮੈਨ ਜਿਹੜੇ ਨੇ ਉਹ ਮਲੂਕਾ ਹੋਰਾਂ ਨੂੰ ਬਣਾਇਆ ਸੀ, ਲੇਕਿਨ ਘਰ ਦੇ ਅੰਦਰ ਹੀ ਡਿਸਿਪਲਿਨ ਟੁੱਟਿਆ ਜਾਂ ਫਿਰ ਮਲੂਕਾ ਹੋਰੀ ਖੁਦ ਗੈਰ ਹਾਜ਼ਰ ਰਹਿ ਰਹੇ ਨੇ, ਤਾਂ ਫਿਰ ਡਿਸਿਪਲਿਨ ਕਮੇਟੀ ਦੇ ਚੇਅਰਮੈਨ ਕੀ ਆਪਣੇ ਉੱਤੇ ਖੁਦ ਫੈਸਲਾ ਲੈਣਗੇ ਜਾਂ ਫਿਰ ਪਾਰਟੀ ਦੇ ਪ੍ਰਧਾਨ ਜਿਹੜਾ ਉਹਨਾਂ ਦੇ ਉੱਤੇ ਫੈਸਲਾ ਲੈਣਗੇ। ਥੋੜੀ ਦੇਰ 'ਚ 2 ਵਜੇ ਦੇ ਕਰੀਬ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹ ਮਹਿੰਦਰ ਸਿੰਘ ਕੇਪੀ ਨੂੰ ਜੁਆਇਨ ਕਰਵਾਉਣ ਦੇ ਲਈ ਜਲੰਧਰ ਪਹੁੰਚੇ ਹੋਏ ਨੇ। ਉੱਥੇ ਵੀ ਸਵਾਲ ਜ਼ਰੂਰ ਵੱਖ ਵੱਖ ਮੀਡੀਆ ਦੇ ਅਦਾਰਿਆਂ ਵੱਲੋਂ ਪੁੱਛਿਆ ਜਾਏਗਾ ਕਿ ਕਿਵੇਂ ਅਕਾਲੀ ਦਲ ਦੀ ਸਥਿਤੀ ਹੈ ਜਦੋਂ ਢੀਂਡਸਾ ਪਰਿਵਾਰ ਨਾਰਾਜ਼ ਹੈ ਜਾਂ ਫਿਰ ਜਿਹੜਾ ਵਾ ਮਲੂਕਾ ਹੋਰਾਂ ਨੂੰ ਜਿਹੜਾ ਡਿਸਿਪਲਿਨ ਕਮੇਟੀ ਦਾ ਚੇਅਰਮੈਨ ਬਣਾਇਆ ਉਹ ਖੁਦ ਡਿਸਿਪਲਿਨ ਜਿਹੜਾ ਭੰਗ ਕਰ ਰਹੇ ਨੇ ਪਾਰਟੀ ਦੇ ਅੰਦਰ, ਤਾਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਲਿੱਤਾ ਜਾਏਗਾ। ਹਾਲਾਂਕਿ ਉਹਨਾਂ ਦੇ ਕੋਲੋਂ ਇੱਕ ਵਿਧਾਨ ਸਭਾ ਹਲਕਾ ਜ਼ਰੂਰ ਜਿਸਦਾ ਉਹਨਾਂ ਨੂੰ ਜਿਹੜਾ ਵਾ ਪ੍ਰਧਾਨ ਲਗਾਇਆ ਗਿਆ ਸੀ ਉਹ ਵਾਪਸ ਲਿੱਤਾ ਵਾ, ਤਾਂ ਅਜਿਹੇ 'ਚ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਅੱਗੇ ਢੀਂਡਸਾ ਹੋਰਾਂ ਦੇ ਉੱਤੇ ਜਾਂ ਫਿਰ ਮਲੂਕਾ ਹੋਰਾਂ 'ਤੇ ਕੋਈ ਐਕਸ਼ਨ ਲਿੱਤਾ ਜਾਂਦਾ ਜਾਂ ਉਹਨਾਂ ਨੂੰ ਮਨਾਇਆ ਜਾਂਦਾ। ਹਾਲਾਂਕਿ ਢੀਂਡਸਾ ਨੂੰ ਮਨਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਖੁਦ ਉਹਨਾਂ ਦੇ ਘਰ ਗਏ ਸੀਗੇ ਔਰ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਮਿਟਮੈਂਟ ਜਿਹੜੀ ਹੈ ਝੁੰਡਾ ਹੋਰਾਂ ਦੇ ਨਾਲ ਕਰ ਚੁੱਕਿਆ ਸੀਗਾ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਕਿ ਜਦੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸੀ ਕਰਾਈ ਸੀ, ਪਾਰਟੀ ਮਰਜ ਹੋਈ ਸੀ, ਤਾਂ ਉਸ ਵੇਲੇ ਇਹ ਕਿਹਾ ਗਿਆ ਸੀਗਾ ਕਿ ਸੰਗਰੂਰ ਸੀਟ ਦਾ ਫੈਸਲਾ ਜਿਹੜਾ ਵਾ ਉਹ ਢੀਂਡਸਾ ਪਰਿਵਾਰ ਤੋਂ ਪੁੱਛ ਕੇ ਲਿੱਤਾ ਜਾਏਗਾ। ਬਹੁਤ ਸ਼ੁਕਰੀਆ ਪੰਕਜ ਇਸ ਤਮਾਮ ਜਾਣਕਾਰੀ ਦੇ ਲਈ। ਪੰਕਜ ਕਪਾਹੀ ਮੇਰੇ ਸਹਿਯੋਗੀ ਮੇਰੇ ਨਾਲ ਗੱਲਬਾਤ ਕਰ ਰਹੇ ਸੀਗੇ ਔਰ ਚਰਚਾ ਬੇਸ਼ੱਕ ਮੈਨੀਫੈਸਟੋ ਨੂੰ ਲੈ ਕੇ ਹੈ ਪਰ ਮੈਨੀਫੈਸਟੋ ਦੀ ਚਰਚਾ ਦੇ ਵਿਚਾਲੇ ਚਰਚਾ ਸਵਾਲ ਬਾਕੀ ਮਸਲਿਆਂ ਨੂੰ ਲੈ ਕੇ ਵੀ ਉੱਠਣਗੇ ਜਿਹਨਾਂ ਨੂੰ ਇਸ ਵੇਲੇ ਅਕਾਲੀ ਦਲ ਫੇਸ ਕਰ ਰਿਹਾ।